ਸਤਿ ਸ਼੍ਰੀ ਅਕਾਲ ਪਿਆਰ ਦਰਸ਼ਕ ਵੀਰੋ, ਅੱਜ ਤੁਹਾਡੇ ਲਈ ਫੇਰ ਲੈ ਕੇ ਹਾਜ਼ਰ ਹੋਏ ਹਾਂ ਅੰਕਲ ਹਰਜਿੰਦਰ ਸਿੰਘ ਜੀ ਹੋਣਾ ਦਾ ਟਰੈਕਟਰ ਜਿਹੜਾ ਅਸੀਂ ਤਿਆਰ ਕਰ ਰਹੇ ਸੀ ਵੀਰਪਾਲੇ ਕੋਲੇ। ਪਹਿਲਾਂ ਮਕੈਨੀਕਲੀ ਕੰਮ ਕੀਤਾ, ਉਦੋਂ ਅਸੀਂ ਵਾਹ ਕੇ ਦੇਖਿਆ ਅੰਕਲ ਹੋਣਾ ਨੇ ਰਿਸਪੌਂਸ ਵਧੀਆ ਦਿੱਤਾ ਉਹਦੇ ਬਾਰੇ, ਹੈ ਨਾ। ਅਤੇ ਉਹਦੇ ਵਿੱਚ ਆਪਾਂ ਅੱਜ ਟਾਇਰ ਚੇਂਜ ਕਰਾ ਰਹੇ ਹਾਂ ਅਤੇ 7516 ਦੇ ਮੂਹਰੇ ਫਰੰਟ 'ਤੇ ਲਾਉਣੇ ਆ, ਪਿੱਛੇ 14928 ਦੇ ਲਾਉਣੇ ਆ, ਕਿਉਂਕਿ ਪਿੱਛੇ ਹੁਣ ਟਿਊਬਾਂ ਜਿਹੜੀਆਂ ਨੇ 60 ਵਾਲੀਆਂ ਲੱਗ ਚੁੱਕੀਆਂ ਨੇ ਅਤੇ ਫਰੰਟ ਦੇ ਉੱਤੇ ਜਿਹੜਾ ਐਕਸਲ ਆ ਉਹ ਵੀ 60 ਵਾਲਾ ਲੱਗ ਚੁੱਕਿਆ, ਉਸ ਕਰਕੇ ਆਪਾਂ ਜਿਹੜੇ ਮੂਹਰੇ ਵੀ ਵੱਡੇ ਟਾਇਰ ਕੀਤੇ ਅਤੇ ਪਿੱਛੇ ਵੀ। ਅਤੇ ਅੱਜ ਅਸੀਂ ਆਏ ਹਾਂ MRF ਏਜੰਸੀ ਵਾਲਿਆਂ ਦੇ, ਜਿਹੜੇ ਜਗਰਾਉਂ ਦੇ ਵਿੱਚ ਨੇ। ਇਹ ਸਾਡੇ ਇੱਕ ਤਰ੍ਹਾਂ ਦੇ ਰੈਲੇਟਿਵ ਵੀ ਵੀਰ ਨੇ ਅਤੇ ਸਿੱਧਵਾਂ ਕਲਾਂ ਇਹਨਾਂ ਦੀ ਵੀ ਰਿਸ਼ਤੇਦਾਰੀ ਆ। ਸੋ ਇਹਨਾਂ ਕੋਲ ਅੱਜ ਅਸੀਂ ਆਏ ਹਾਂ, ਸਾਰੇ ਟਾਇਰ ਆ ਜਿਹੜੇ ਅਸੀਂ MRF ਦੇ ਪਵਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਟਰੈਕਟਰ ਤੁਹਾਡੇ ਸਾਹਮਣੇ ਆ। ਅਤੇ ਬਾਕੀ ਜਦੋਂ ਇਹ ਤਿਆਰ ਹੋ ਗਿਆ, ਇਸ ਤੋਂ ਬਾਅਦ 'ਚੋਂ ਜਿਹੜਾ ਵੀ ਅਸੀਂ ਲੈ ਕੇ ਜਾਣਾ ਵੀਰ ਕੇਦੀਪ ਕੋਲ, ਉੱਥੇ ਛੱਡ ਕੇ ਆਵਾਂਗੇ। ਆਪਾਂ ਵੀਰ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਟਾਇਰ ਪਾ ਰਹੇ ਨੇ, ਉਹਨਾਂ ਤੋਂ ਵੀ ਆਪਾਂ ਜਾਣਕਾਰੀ ਲਵਾਂਗੇ ਵੀ ਟਾਇਰ ਕਿੱਦਾਂ ਦੇ, ਕਿਹੜੇ ਕਿਹੜੇ ਪ੍ਰਕਾਰ ਦੇ ਤੁਹਾਡੇ ਕੋਲ ਆ ਰਹੇ ਨੇ, ਜਾਂ ਮਤਲਬ ਕੀ ਰੇਟ ਆ, ਕੀ ਪ੍ਰਾਈਸ ਚੱਲਦਾ ਅੱਜ ਕੱਲ੍ਹ। ਜੇ ਕਿਸੇ ਨੂੰ ਵੀ ਜਾਣਕਾਰੀ ਉਸ ਤੋਂ ਮਿਲਦੀ ਹੋਵੇ ਤਾਂ ਆਪਾਂ ਉਹ ਵੀ ਦੱਸਾਂਗੇ। ਅਤੇ ਜਿਹੜਾ ਇਹ ਟਰੈਕਟਰ ਆ ਹੁਣ ਥੋੜ੍ਹੇ ਦਿਨਾਂ ਵਿੱਚ ਤੁਹਾਡੇ ਮੂਹਰੇ ਅੱਗੇ ਵੀ ਆਪਾਂ ਰੈਡੀ ਕਰਕੇ ਪੂਰਾ ਤੁਹਾਨੂੰ ਦਿਖਾਵਾਂਗੇ ਜੀ। ਹੁਣ ਆਪਾਂ ਮਤਲਬ MRF ਵਾਲਿਆਂ ਦੇ ਦਫ਼ਤਰ ਦੇ ਵਿੱਚ ਆ ਚੁੱਕੇ ਹਾਂ ਅਤੇ ਵੀਰ ਜੀ ਹੁਣੀ ਸਾਡੇ ਕੋਲੇ ਬੈਠੇ ਨੇ ਅਤੇ ਇਹਨਾਂ ਤੋਂ ਪੁੱਛਦੇ ਹਾਂ ਵੀ ਜਿਹੜੇ ਇਹਨਾਂ ਕੋਲ ਟਾਇਰ ਆ ਰਹੇ ਨੇ ਅੱਜ ਕੱਲ੍ਹ ਕੀ ਰੇਟ 'ਤੇ ਮਿਲ ਰਹੇ ਨੇ, ਅਤੇ ਮਤਲਬ ਕਿਹੜੀ ਕਿਹੜੀ ਕੁਆਲਿਟੀ ਆ ਰਹੀ ਆ, ਕਿਹੜੇ ਕਿਹੜੇ ਉਹਦੇ 'ਚ ਪੈਟਰਨ ਆ ਰਹੇ ਨੇ ਟਰੈਕਟਰ ਟਾਇਰਾਂ ਦੇ ਵਿੱਚ। ਅਤੇ ਕੰਮ ਬਾਕੀ ਇਹਨਾਂ ਦੇ ਕੋਲ ਸਾਰਾ ਹੀ ਆ, ਟੋਟਲੀ MRF ਦੇ ਟੋਟਲੀ ਟਾਇਰ ਨੇ, ਯਾਨੀ ਟਰੱਕਾਂ ਦੇ ਵੀ, ਗੱਡੀਆਂ ਦੇ ਵੀ, ਸਕੂਟੀਆਂ ਦੇ ਵੀ, ਜਿਹੜੇ ਮੋਟਰਸਾਈਕਲਾਂ ਦੇ, ਸਾਰੇ ਤਰ੍ਹਾਂ ਦੇ ਇਹਨਾਂ ਕੋਲ ਟਾਇਰ ਪਏ ਨੇ। ਅਤੇ ਬਾਕੀ ਆਪਾਂ ਵੀਰ ਹੋਣਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਹੋਰ ਕੀ ਹਾਲ ਚਾਲ ਨੇ? ਠੀਕ ਠਾਕ ਹੀ ਐਨ, ਚੜ੍ਹਦੀ ਗੱਲ। ਅਤੇ ਆਪਣਾ ਵੀਰੇ ਮਤਲਬ ਜਿਹੜਾ ਕੰਮ ਆ ਮਤਲਬ MRF ਦਾ ਅਤੇ ਟਾਇਰਾਂ ਦਾ, ਅਤੇ ਇਹਦੇ ਰਿਸਪੌਂਸ ਅੱਜ ਕੱਲ੍ਹ ਮਾਰਕੀਟ ਵਿੱਚ ਕੀ ਆ, ਵੀ ਕਿਵੇਂ ਦੇ ਟਾਇਰ ਚੱਲ ਰਹੇ ਨੇ? MRF ਟਾਇਰ ਜੀ ਅੱਜ ਦੀ ਡੇਟ ਦੇ ਵਿੱਚ ਤਾਂ ਪਹਿਲੇ ਨੰਬਰ 'ਤੇ ਆ। ਠੀਕ ਹੈ ਜੀ। ਖਾਸ ਕੈਟਾਗਰੀਆਂ ਜਿਵੇਂ ਕਹਿ ਲਓ ਟੂ ਵੀਲਰ, ਹਾਂਜੀ, ਉਹਦੇ 'ਚ ਸਾਡੇ ਮੁਕਾਬਲੇ 'ਚ ਕੋਈ ਹੈ ਹੀ ਨੀਗਾ ਟਰੈਕਟਰ ਦੇ ਵਿੱਚ। ਆ ਟਰੈਕਟਰ ਦੇ ਵਿੱਚ ਤੁਸੀਂ ਅੱਜ ਨਵਾਂ ਟਰੈਕਟਰ ਲੈਣ ਜਾਂਦੇ ਹੋ ਤਾਂ ਯਾਨੀ 70% ਬੰਦਿਆਂ ਦੀ ਡਿਮਾਂਡ MRF ਦੇ ਟਾਇਰਾਂ ਦੀ ਹੁੰਦੀ ਆ। ਸਾਡੇ ਕੋਲ ਇੱਦਾਂ ਦੀਆਂ ਬਹੁਤ ਇਨਕੁਆਇਰੀਆਂ ਵੀ ਆਉਂਦੀਆਂ, ਇੱਦਾਂ ਦੇ ਕਸਟਮਰ ਵੀ ਆਉਂਦੇ ਆ ਜਿਹੜੇ ਨਵਾਂ ਟਰੈਕਟਰ ਲੈਣ ਗਏ, ਉਹਨਾਂ ਨੂੰ ਹੋਰ ਕਿਸੇ ਕੰਪਨੀ ਦਾ ਟਾਇਰ ਮਿਲਿਆ, ਅਗਲਾ ਕਹਿੰਦਾ ਨਹੀਂ ਜੀ ਭਾਈ ਤੁਸੀਂ ਸਾਡੇ ਨਾਲ ਐਕਸਚੇਂਜ ਕਰ ਲਓ ਪਲੀਜ਼, ਵੀ ਜਿਹੜਾ ਕੋਈ ਐਕਸਟਰਾ ਚਾਰਜਸ ਲੈਣੇ ਆ ਲੈ ਲਓ ਨਾਲ, ਵੀ ਹਰੇਕ ਬੰਦਾ ਪ੍ਰੈਫਰ ਕਰਦਾ ਟਰੈਕਟਰ ਵਾਲਾ ਤਾਂ ਖਾਸ ਕਰਕੇ। ਹਾਂਜੀ, ਪ੍ਰਾਈਜ਼ ਦੇ ਵਿੱਚ ਜੇ ਤਾਂ ਤੁਸੀਂ ਜਾਓਗੇ ਜਿਵੇਂ ਸਪੈਸੀਫਿਕਲੀ JK C8 ਬਿਰਲਾ ਅਪੋਲੋ, ਉਹ ਤਾਂ ਸਸਤੇ ਆ ਇਹਦੇ ਨਾਲੋਂ ਕਾਫੀ, ਅਤੇ ਇਹ ਦੂਜਿਆਂ ਨਾਲੋਂ ਹੈਗਾ 3000 ਤੋਂ 3500 ਰੁਪਏ ਤੱਕ ਮਹਿੰਗਾ ਵੱਡਾ ਟਾਇਰ ਆ ਜਿਹੜਾ ਜੋੜਾ। ਅਤੇ ਜੇ ਗੁਡੀਅਰ ਦੇ ਨਾਲ ਕੰਪੇਅਰ ਕਰੀਏ ਜਾਂ BKT ਉਹਨਾਂ ਦੇ ਲਗਭਗ ਬਰਾਬਰ ਆ ਰੇਟ ਇਹਦਾ, ਤਾਂ ਪਰ ਪਰਫੋਰਮੈਂਸ ਵਾਈਜ਼ ਉਹਨਾਂ ਨਾਲੋਂ ਫਰਕ ਆ ਸਾਰਿਆਂ ਨਾਲੋਂ। ਇੱਥੇ ਇਹਦੇ 'ਚ ਪਵਾ ਰਹੇ ਹਾਂ 14928 ਦੇ ਅਤੇ ਮੂਹਰੇ 7516 ਦੇ, ਇਹ ਟਾਇਰਾਂ ਦਾ ਰਿਸਪੌਂਸ ਅਤੇ ਜਾਂ ਤੁਹਾਡੇ ਹਿਸਾਬ ਨਾਲ ਵੀ ਇਹਨਾਂ ਦੀ ਗਰੰਟੀ ਵਰੰਟੀ ਵੀ ਵਧੀਆ ਟਾਇਰ ਨੇ ਇਹ ਜੀ? ਇਹ ਮਜੋਰਟੀ ਹੁਣ ਇਹੀ ਟਰੈਕਟਰ ਵੱਡੇ ਆ ਗਏ ਸਾਰੇ, ਜ਼ਿਆਦਾਤਰ 14928 ਅਤੇ 16928 ਦੋ ਹੀ ਵਿਖਦਾ ਮਗਰ ਲੈ ਜ਼ਿਆਦਾ ਟਰੈਕਟਰ ਜਿਹੜੇ ਆਪਣੇ ਪੰਜਾਬ 'ਚ ਖਾਸ ਕਰਕੇ। ਅਤੇ ਜਿਹੜਾ ਫਰੰਟ 'ਚ 7516 ਜਿੰਨਾ ਵੀ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਆ ਉਹਦੇ ਸਾਰਿਆਂ 7516 ਹੀ ਫਿੱਟ ਹੁੰਦਾ ਵਾ। ਅਤੇ ਇਹਦੀ ਕੋਈ ਕੰਪਲੇਂਟ ਤਾਂ ਨਹੀਂ ਆਉਂਦੀ? ਕੰਪਲੇਂਟ 6 ਸਾਲ ਤਾਂ ਵਾਰੰਟੀ ਹੈ ਜੀ ਇਹਦੀ ਕੰਪਨੀ ਦੀ ਵੀ, ਜੇ ਕੋਈ ਆਉਂਦੀ ਆ। ਵੈਸੇ ਮੈਨੂੰ 10-11 ਸਾਲ ਹੋ ਗਏ ਕੰਮ ਕਰਦੇ ਨੂੰ, ਸਾਡੇ ਕੋਲ ਹਾਰਡਲੀ ਇੱਕ ਟਾਇਰ ਆਇਆ ਹੋਊਗਾ 10-11 ਸਾਲਾਂ ਜਿਹੜਾ ਜੈਨੂਅਨ ਕੰਪਲੇਂਟ ਵਾਲਾ ਵਾ। ਹਾਂ ਜੇ ਕੋਈ, ਹਾਂਜੀ, ਜਿਹਨੂੰ ਕੱਟ ਲਵਾ ਲਿਆ ਜਾਂ ਕੋਈ ਐਕਸੀਡੈਂਟਲੀ ਡੈਮੇਜ ਕਰ ਲਿਆ ਤੁਸੀਂ, ਉਹ ਤਾਂ ਚਲੋ ਆਉਂਦਾ ਨਹੀਂ ਨਾ ਗਰੰਟੀ 'ਚ। ਜਿਹੜਾ ਅੰਡਰ ਵਾਰੰਟੀ ਆ ਉਹ ਹਾਰਡਲੀ 1 ਜਾਂ 2 ਟਾਇਰ ਆਏ ਹੋਣਗੇ ਬਸ ਇੰਨੇ ਸਾਲਾਂ 'ਚ, ਕਦੇ ਆਇਆ ਨਹੀਂ। ਜਿਹੜਾ ਰਿਸਪੌਂਸ ਆ, ਕਸਟਮਰ ਰਿਸਪੌਂਸ, ਉਹ ਤੁਹਾਨੂੰ ਵਧੀਆ ਫੀਡਬੈਕ ਮਿਲ ਰਿਹਾ? ਪੂਰਾ ਜੀ ਐਨ, ਯਾਨੀ ਯਕੀਨ ਕਰਿਓ ਵੀ ਬਲੈਕ 'ਚ ਵਿਖਦਾ ਵਾ। ਹਾਂਜੀ, ਆ ਪਿਛਲੇ ਜਦੋਂ ਦਾ ਲੋਕਡਾਊਨ ਲੱਗਿਆ ਹੋਇਆ ਉਦੋਂ ਦਾ ਯਾਨੀ ਔਰਡਰ ਅਗਲੇ ਤੋਂ ਫੜ ਕੇ ਰੱਖਣਾ ਪੈਂਦਾ ਕਿ ਵੀ ਭਾਈ ਦੇ ਜਾਓ ਕੋਈ ਨਾ, ਤੁਹਾਨੂੰ 2 ਦਿਨਾਂ ਨੂੰ ਮੰਗਾ ਦਿੰਦੇ ਹਾਂ, ਹੈ ਨਹੀਂ ਗਾ ਆ ਰਿਹਾ ਵਾ, ਕਿਉਂਕਿ ਕੰਪਨੀ ਦਾ ਸ਼ੇਅਰ ਇਸ ਟਾਈਮ 50% ਤੋਂ ਪਲੱਸ ਹੋਊਗਾ ਸਾਰੇ ਇੰਡੀਆ 'ਚ। ਅਤੇ ਇੱਕ ਸੱਚ ਤੁਹਾਡੇ ਤੋਂ ਕੁਐਸਚਨ ਪੁੱਛਣਾ ਵੀ ਆਹ ਲੋਕਡਾਊਨ ਕਰਕੇ ਤੁਹਾਡੇ ਬਿਜ਼ਨਸ ਦੇ ਉੱਤੇ ਕੀ ਫਰਕ ਪੈ ਰਿਹਾ? ਵੀ ਤੁਸੀਂ ਕਹਿੰਦੇ ਹੋ ਵੀ ਆਹ ਟਾਈਮ ਦੇ ਨਾਲ ਬੰਦ ਕਰਨਾ ਦੁਕਾਨ, ਅਤੇ ਇਹਦੇ ਨਾਲ ਕੀ ਰਿਸਪੌਂਸ? ਇਹਦੇ ਨਾਲ ਹੁਣ ਤੁਹਾਡੇ ਸਾਹਮਣੇ ਹੀ ਹੈ ਜੀ, ਇਹਦੇ ਨਾਲ ਚੱਕਰ ਇਹ ਪੈਂਦਾ ਵੀ ਜਿਵੇਂ ਹੁਣ ਤੁਸੀਂ ਉਹੀ ਆਏ ਹੋ, ਅਰਲੀ ਆਏ ਹੋ, 3 ਦਿਨ ਹੋ ਗਏ ਵੇਟ ਕਰਦਿਆਂ ਨੂੰ, ਰੋਜ਼ ਪੁੱਛ ਕੇ ਮੁੜ ਜਾਂਦੇ ਹੋ, ਫੋਨ ਕਰਦੇ ਹੋ ਬਾਈ ਖੁੱਲੀ ਆ ਕਿ ਨਹੀਂ ਦੁਕਾਨ, ਉਹ ਚੀਜ਼ਾਂ ਦਾ ਫਰਕ ਪੈਂਦਾ। ਕਸਟਮਰ ਦੀ ਜਿਹੜੀ ਫੁੱਟ ਇੱਥੇ ਤੁਰਨ ਫਿਰਨ ਦੀ, ਆਉਣ ਜਾਣ ਦੀ ਆ, ਉਹ ਘੱਟ ਗਈ ਅੱਗੇ ਨਾਲੋਂ ਬਹੁਤ। ਕਾਰਨ ਇਹ ਆ ਵੀ ਲਿਮਿਟਡ ਟਾਈਮ ਆ, ਸੁਬਾਹ ਹੁਣ 5 ਵਜੇ ਕੋਈ ਖੋਲ੍ਹ ਨਹੀਂ ਸਕਦਾ ਦੁਕਾਨ ਆ ਕੇ, 12 ਵਜੇ ਹੁਣ ਪੇਂਡੂ ਗਾਹਕ ਨੇ ਆਉਣਾ, ਪੇਂਡੂ ਗਾਹਕ 9 ਵਜੇ ਰੋਟੀ ਰੂਟੀ ਖਾ ਕੇ 10-11 ਵਜੇ ਤਾਂ ਪਹੁੰਚਦਾ ਹੀ ਹੈ ਜਗਰਾਉਂ, ਉਦੋਂ ਬਾਅਦ 'ਚੋਂ ਟਾਈਮ ਕਿੰਨਾ ਰਹਿ ਜਾਂਦਾ, ਘੰਟਾ। ਘੰਟੇ 'ਚ ਹੁਣ ਅਗਲਾ ਪਸੰਦ ਕਰੂ, ਡੀਲ ਕਰੂ, ਸਾਰਾ ਕੁਛ ਨਾ, ਉਹ
ਜਿਹੜਾ ਤਾਂ ਬੰਦਾ ਮਾਈਂਡ ਸੈੱਟ ਕਰਕੇ ਆਉਂਦਾ ਉਹ ਤਾਂ ਪਵਾ ਲੈਂਦਾ, ਅਦਰਵਾਈਜ਼ ਫਿਰ ਅਗਲਾ ਗੇੜੇ ਗੂੜੇ ਕਰਕੇ ਮੁੜ ਜਾਂਦਾ ਜਾਂ ਵਿਚਾਰਾ ਲੇਟ ਹੀ ਹੋ ਜਾਂਦਾ। ਕਈ ਆ ਕੇ ਫੋਨ ਲਾਉਂਦੇ ਆ, ਬਾਈ ਜੀ ਖੁੱਲ੍ਹੇ ਹੋ ਕਿ ਨਹੀਂ, ਅਸੀਂ ਕਿਤੇ ਨਹੀਂ ਜੀ, ਦੁਕਾਨ ਤਾਂ ਚਲੇ ਗਏ ਸੀ ਤਾਂ ਵਧਾ ਕੇ। ਹਾਂਜੀ, ਕਾਫੀ ਇਫੈਕਟ ਪੈ ਰਿਹਾ ਇਸ ਕੋਵਿਡ ਕਰਕੇ ਵੀ। ਚਲੋ, ਪਰਮਾਤਮਾ ਜਿਹੜਾ ਇਹ ਬਿਮਾਰੀ ਆ ਹੈ ਨਾ ਇਹਨੂੰ ਖਤਮ ਕਰੇ ਅਤੇ ਆਪਣੇ ਬਿਜ਼ਨਸ ਦੇ ਵਿੱਚ ਹੈ ਨਾ ਮਾੜਾ ਮੋਟਾ ਵਾਧਾ ਹੋਵੇ। ਅਤੇ ਬਾਕੀ ਜਿਹੜਾ ਤੁਹਾਡੇ ਟਾਇਰ ਅਸੀਂ ਦੇਖ ਚੁੱਕੇ ਹਾਂ ਸਾਰੇ ਤਰ੍ਹਾਂ ਦੇ ਹੀ ਆਪਾਂ ਵਧੀਆ ਕੁਆਲਿਟੀ ਦੇ ਨੇ ਹੈ ਨਾ, ਅਤੇ ਜਿਹੜਾ ਵੀ ਆ ਕੰਮ ਜਿੰਨਾ ਵੀ ਹੋ ਸਕਦਾ ਵੀ ਆਪਾਂ ਵਧੀਆ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਵੀ ਜਿਹੜੇ ਟਰੈਕਟਰ ਬਣਾ ਰਹੇ ਹਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਚਲੋ ਹੁਣ ਸਾਡੇ ਕੋਲ ਵੀ ਕੰਮ ਘੱਟ ਆ ਅਤੇ ਇਸ ਮਾਹੌਲ ਦੇ ਵਿੱਚ, ਅਤੇ ਪਰਮਾਤਮਾ ਬਾਕੀ ਸਾਰਿਆਂ ਦੀ ਹੈ ਨਾ ਸਿਹਤ ਜਾਂ ਵੀ ਬਖਸ਼ੇ। ਸਭ ਤੋਂ ਜ਼ਰੂਰੀ ਤਾਂ ਸਿਹਤ ਹੀ ਆ ਜੀ, ਸਿਹਤ ਜ਼ਰੂਰੀ ਆ। ਹਾਂਜੀ, ਬਾਕੀ ਤਾਂ ਚਲੋ ਚੱਲੀ ਜਾਣਾ, ਪਰ ਇਹ ਆ ਵੀ ਜਾਣੀ ਜਿੰਨੀ ਜਲਦੀ ਇਹ ਹੋ ਜਾਵੇ ਸਹੀ ਉੰਨਾ ਚਲੋ ਵਧੀਆ ਹੋਜੂਗਾ, ਕੰਮ ਵਧੀਆ ਚੱਲ ਪੈਣਗੇ, ਲੋਕ ਥੋੜ੍ਹਾ ਜਿਹਾ ਈਜ਼ੀ ਹੋਜੂਗਾ ਕੰਮ। ਅਤੇ ਕਈ ਬੰਦੇ ਤੁਹਾਡੇ ਕੋਲ ਇਹ ਵੀ ਆਉਂਦੇ ਹੋਣਗੇ ਵੀ ਬੈਲ ਤੋਂ ਬਿਨਾਂ ਟਾਇਰ ਦੇ ਦਿਉ, ਵੀ ਸਸਤਾ ਦੇ ਦਿਉ, ਇਹੋ ਜਿਹਾ ਵੀ ਕੁਝ? ਇਹ ਐਕਚੁਅਲੀ ਕੀ ਆ, ਬੈਲ ਤੋਂ ਬਿਨਾਂ ਟਾਇਰ ਮਿਲਦਾ ਹੀ ਨਹੀਂ ਜੀ, ਉਹ ਐਵੇਂ ਕਹਿਣ ਦੀਆਂ ਗੱਲਾਂ ਨੇ, ਕਿਉਂਕਿ ਸਾਨੂੰ ਤਾਂ 100% ਇਨਵੋਇਸ 'ਤੇ ਹੀ ਆਉਣੀ ਆ, ਮਾਲ ਕੰਪਨੀ ਤੋਂ ਡਾਇਰੈਕਟ ਪਰਚੇਜ ਆ ਸਾਡੀ, ਅਤੇ ਇਹਦੇ 'ਚ ਕੋਈ ਉਹੋ ਜਿਹਾ ਹੈ ਹੀ ਨਹੀਂ ਵੀ ਅਸੀਂ ਦੇ ਦਈਏ ਅਗਲੇ ਨੂੰ, ਕੋਈ ਇਹਦਾ ਬੈਲ ਲਓ ਨਾ ਲਓ ਰੇਟ 'ਚ ਕੋਈ ਫਰਕ ਨਹੀਂ ਪੈਣਾ। ਹਾਂ, ਜਿਹੜਾ ਕੋਈ ਹੋਰ ਦੁਕਾਨਦਾਰ ਬੈਠੇ ਆ ਜਿਨ੍ਹਾਂ ਕੋਲ ਏਜੰਸੀ ਨਹੀਂ ਹੈ, ਜਿਵੇਂ ਉਹ ਲੋਕਲ ਮਾਰਕੀਟ 'ਚੋਂ ਖਰੀਦ ਕੇ ਵੇਚੀ ਜਾਂਦੇ ਆ, ਉਹ ਜ਼ਰੂਰ ਉੰਨਾ ਕੁ ਕਰ ਲੈਂਦੇ ਆ ਵੀ 1000-1500 ਰੁਪਏ ਦਾ ਜਿਹੜਾ ਉਹਨਾਂ ਨੇ ਟੈਕਸ ਦੇਣਾ ਹੁੰਦਾ ਉਹ ਦਿੰਦੇ ਨਹੀਂ ਗੇ, ਉਹ 2 ਨੰਬਰ 'ਚ ਦੇਈ ਜਾਂਦੇ ਆ। ਅੱਜ ਮੈਂ ਤੁਹਾਡੇ ਤੋਂ ਇਹ ਵੀ ਜਾਣਕਾਰੀ ਹੁਣ ਹਾਸਲ ਕਰੂੰਗਾ ਵੀ ਜਿਹੜੇ 7, 5, 16 ਦੇ ਉਹ ਵੀ ਪ੍ਰਾਈਜ਼ ਤੁਸੀਂ ਦੱਸ ਦਿਓ, ਅਤੇ 14, 28 ਅਤੇ 16, 28 ਦੇ ਪ੍ਰਾਈਜ਼ ਦੱਸ ਦਿਓ, ਜਿਹੜੇ ਆਪਣੇ ਕਸਟਮਰ ਆ ਜਾਂ ਦੇਖਣ ਵਾਲੇ ਆ ਉਹਨਾਂ ਨੂੰ ਫਿਰ ਪਤਾ ਲੱਗ ਜਾਵੇ ਵੀ MRF ਦੇ ਐਕਚੁਅਲ ਜਿਹੜਾ ਪ੍ਰਾਈਜ਼ ਆ ਉਹ ਇਹੀ ਹੁੰਦਾ। ਅਤੇ ਜੇ ਤੁਹਾਨੂੰ ਕਿਤੇ ਬਲੈਕ 'ਚੋਂ ਲੈਂਦੇ ਹੋ ਜਾਂ ਤੁਸੀਂ ਉਹਦਾ ਜਿਹੜਾ ਕਹਿ ਦਿੰਦੇ ਹੋ ਵੀ ਕਈ ਵਾਰ ਕਹਿੰਦੇ ਮਾਰਕਾ ਮਿਟਾਇਆ ਹੁੰਦਾ ਵਾ, ਉਹ ਉੱਦਾਂ ਦੀ ਚੀਜ਼ ਨਾ ਖਰੀਦੋ, ਜੈਨੂਅਨ ਖਰੀਦੋ, ਜੈਨੂਅਨ ਦਾ ਇਹ ਪ੍ਰਾਈਜ਼ ਆ। ਉਹ ਤਾਂ ਸੈਕਿੰਡ ਟਾਇਰ ਹੁੰਦਾ ਵਾ ਜਿਹਦੇ 'ਤੇ ਆਉਣ, ਕਈਆਂ ਕੰਪਨੀਆਂ ਦੇ ਆਉਂਦੇ ਆ ਉਹ ਟਾਇਰ, ਸਾਡੀ ਕੰਪਨੀ ਬਹੁਤ ਘੱਟ ਦਿੰਦੀ ਆ ਬਾਜ਼ਾਰ ਦੇ ਵਿੱਚ, ਉਹ ਜਿਵੇਂ ਕੋਈ ਇਨਕੇਸ ਮੈਨੂਫੈਕਚਰਿੰਗ ਹੀ ਪਹਿਲਾਂ ਸਟਾਰਟਿੰਗ 'ਚ ਹੀ ਕੋਈ ਡਿਫੈਕਟ ਪੈ ਗਿਆ ਟਾਇਰ 'ਚ, ਉਹ ਫਿਰ ਉਹਦਾ ਜਾਂ ਤਾਂ ਨੰਬਰ ਮਿਟੇ ਦਿੰਦੇ ਆ ਟਾਇਰ ਦਾ, ਜਾਂ ਉਹਦੇ 'ਤੇ ਸੈਕਿੰਡ ਦਾ ਠੱਪਾ ਲਾ ਦਿੰਦੇ ਆ ਗਰਮ ਕਰਕੇ। ਅਤੇ ਜਿਹੜਾ ਹੁਣ ਜਿਵੇਂ 7, 5, 16 ਵਾ, ਉਹ ਅੱਜ ਦੀ ਡੇਟ ਦੇ ਵਿੱਚ 10,500 ਦਾ ਜੋੜਾ ਵੇਚ ਰਹੇ ਹਾਂ ਅਸੀਂ ਖਾਲੀ ਟਾਇਰ, 14, 9, 28 42,000 ਦਾ, ਜਿਹੜਾ 16, 9, 28 ਆ ਉਹ ਵੇਚ ਰਹੇ ਹਾਂ 52,000 ਰੁਪਏ ਦਾ। ਹਾਂਜੀ, 13, 6, 28 37,000 ਦਾ ਵਾ ਜੋੜਾ। ਇਹ ਸਾਰੇ ਟਰੈਕਟਰ ਟਾਇਰ ਜਿੰਨਾ ਵੀ ਆਉਂਦਾ ਬਿਨਾਂ ਟਿਊਬਾਂ ਤੋਂ ਹੀ ਆਉਂਦਾ, ਟਿਊਬ ਕਿਸੇ 'ਚ ਨਹੀਂ ਆਉਂਦੀ ਟਿਊਬ। ਹਾਂਜੀ, ਜਿਹਨੇ ਵੀ ਪਾਉਣੀ ਆ ਟਿਊਬ, 100% ਤਾਂ ਉਹੀ ਪੈ ਜਾਂਦੀਆਂ ਜਿਹੜੀਆਂ ਪਹਿਲਾਂ ਹੁੰਦੀਆਂ। ਹਾਂਜੀ, ਕਿਸੇ ਦੇ ਜਿਹੜੀ ਕੋਈ ਡੈਮੇਜ ਆ ਉਹ ਅਗਲੇ ਨੂੰ ਦੱਸ ਦੇਈਦਾ ਵੀ ਭਰਾਓ ਆ ਚੇਂਜ ਕਰ ਲਓ, ਉਹ ਕਰ ਲੈਂਦੇ ਆ ਬਸ। ਹਾਂਜੀ, ਧੰਨਵਾਦ ਵੀਰ ਜੀ ਤੁਹਾਡਾ, ਜਿਹੜਾ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਵਿੱਚੋਂ ਕੱਢ ਕੇ। ਅਤੇ ਅਸੀਂ ਇਹਨਾਂ ਦੱਸ ਦਈਏ, ਅਤੇ ਵੀਰ ਹੋਣੀ ਨਾ ਅੱਜ ਕੱਲ੍ਹ ਜਿਹੜਾ ਮਤਲਬ ਇਹ ਟਾਇਰ ਕਰਦੇ ਨੇ ਇਹਨਾਂ ਦੇ ਵਿੱਚ, ਮਤਲਬ ਇਹ ਪੁਰਾਣੇ ਟਾਇਰ ਵੀ ਜੇ ਚੰਗੇ ਹਾਲਾਤਾਂ ਵਿੱਚ ਹੋਣ ਤਾਂ ਤੁਸੀਂ ਇਹਨਾਂ ਨੂੰ ਵਿੱਚ ਦੇ ਸਕਦੇ ਹੋ, ਕਿਉਂਕਿ ਇਹ ਜਿਹੜੀ ਮਾਰਕੀਟ ਆ ਇਸ ਦੇ ਵਿੱਚ ਥੋੜ੍ਹਾ ਮੋਟਾ ਇੱਧਰ ਉੱਧਰ ਕਰਨਾ ਹੀ ਪੈਂਦਾ, ਅਤੇ ਉਹ ਜਿਹੜੇ ਪੁਰਾਣੇ ਟਾਇਰ ਤੁਸੀਂ ਇਹਨਾਂ ਦੇ ਵਿੱਚ ਦੇ ਕੇ ਅਤੇ ਨਵੇਂ ਜਾਣੀ ਪਵਾ ਸਕਦੇ ਹੋ। ਅਤੇ ਵੀਰ ਜੀ ਹੁਣੀ ਜਗਰਾਉਂ ਦੇ ਵਿੱਚ ਨੇ, 5 ਆਣਾ ਟਾਇਰ ਦੇ ਨਾਂ 'ਤੇ MRF ਏਜੰਸੀ ਇਹਨਾਂ ਦੀ, ਤੁਸੀਂ ਕਦੇ ਵੀ ਇਹਨਾਂ ਨੂੰ ਆ ਕੇ ਇੱਥੇ ਮਿਲ ਸਕਦੇ ਹੋ, ਸੇਮ ਪ੍ਰਾਈਜ਼ ਹੋਣਗੇ, ਕੋਈ ਫਰਕ ਨਹੀਂ ਹੋਏਗਾ, ਜੋ ਜੈਨੂਅਨ ਪ੍ਰਾਈਜ਼ ਆ ਜੋ ਮਾਰਕੀਟ ਦੇ ਵਿੱਚ ਚੱਲ ਰਿਹਾ ਉਹੀ ਪ੍ਰਾਈਜ਼ ਚੱਲੇਗਾ, ਕੋਈ ਵੱਧ ਜਾਂ ਕੋਈ ਘੱਟ ਨਹੀਂ ਹੋਏਗਾ। ਧੰਨਵਾਦ ਜੀ।